ਉਹ ਬੋਹਤ ਵਿੱਚ ਪੈ ਗਿਆ ਜਾ ਕੇ। ਹੁਣ ਉਹ ਇਹਨਾਂ ਨੇ ਅਰਥ ਕਰ ਲਿਆ, ਅਸੀਂ ਸੰਤਾਂ ਸਾਡੀ ਛੱਡਣਾ ਹੁਣ ਲੋਕ ਠੱਗੀ ਅਸਿੱਧੀ ਬਈ ਅਸੀਂ ਤਾਂ ਸੰਤਾਂ ਲੋਕ ਸਾਡੀ ਹੁਣ ਛੱਡਣ, ਇਹ ਠੱਗੀ ਹੈ ਸਿੱਧੀ ਬਨਾਰਸ ਕੇ ਠੱਗ ਇਹਨਾਂ ਨੂੰ ਕਹਿੰਦੇ ਨੇ। ਉਹਨਾਂ ਨੂੰ ਪੁੱਛੋ ਫਿਰ ਉੱਧਰ ਜਾਣਗੇ ਲੋਕ, ਤੁਸੀਂ ਤਾਂ ਉੱਧਰ ਹੀ ਨਹੀਂ ਹੋਏ, ਤੁਹਾਨੂੰ ਤਾਂ ਗੁਰਬਾਣੀ ਦੇ ਅਰਥਾਂ ਨਾਮ ਨਹੀਂ ਤਾਂ ਪਤਾ ਤੁਹਾਨੂੰ ਤਾਂ ਇਹ ਬਣਿਆ ਤਾਂ ਇਹ ਸਮਝਾਓ ਉਧਾਰ ਕਿਵੇਂ ਹੁੰਦਾ, ਗੁਰਬਾਣੀ ਅਨੁਸਾਰ ਉਧਾਰ ਸਮਝਾ ਦਿਓ ਕਿਵੇਂ ਹੁੰਦਾ। ਮਾਲਾ ਨੂੰ ਬਾਣੀ ਕੰਡੈਮ ਕਰਦੀ ਹੈ, ਤੁਹਾਡਾ ਜੋ ਨਾਮ ਜਪਦੇ ਉਹਨੂੰ ਕੰਡੈਮ ਕਰਦੀ ਹੈ, ਗੁਰਬਾਣੀ ਦੇ ਤੁਹਾਨੂੰ ਗਿਆਨ ਹੈ ਨਹੀਂ, ਗਿਆਨ ਨਾਮ ਹੈ, ਉਹ ਤੁਹਾਡੇ ਕੋਲ ਹੈ ਨਹੀਂ, ਤੁਸੀਂ ਸੰਤ ਕਿਵੇਂ ਬਣ ਗਏ। ਪ੍ਰਚਾਰ ਹੋਣਾ ਚਾਹੀਦਾ ਅਤੇ ਇਸ ਕਿਸਮ ਨਾਲ ਸੰਤ ਸਾਰੇ ਹੀ ਖਤਮ ਸੇ ਹੁਣ ਹੋ ਜਾਣਗੇ। ਤੁਸੀਂ ਤਾਂ ਡਾਂਗਾ ਲੈ ਕੇ ਮਗਰ ਪੈਂਦੇ ਹੋ ਸੰਤਾਂ ਦੇ, ਇੱਦਾਂ ਨਹੀਂ ਕੋਈ ਖਤਮ ਹੁੰਦਾ, ਜਿਹੋ ਜਿਹੇ ਹੋਰ ਇਹੋ ਜਿਹੇ ਤੁਸੀਂ ਹੋ। ਡਾਂਗਾ ਲੈਣ ਦੀ ਮਗਰ ਨਹੀਂ ਆ ਰਾਮ ਚੰਦਰ ਕੀ ਲਸ਼ਕਾ ਫੇਰੋ ਸਾਰਿਆਂ 'ਤੇ, ਤੁਹਾਡੀ ਡਾਂਗ ਤਾਂ ਇੱਕ ਦੇ ਮਗਰ ਜੋ ਜਿਹੜੇ ਬਾਕੀ ਨੇ ਸਾਰਿਆਂ ਦੀ ਫਿਰ ਜਾਂਦੀ ਹੈ ਇੱਕ ਵਾਰ ਇਹ ਲਾਠੀ ਸਾਰਿਆਂ 'ਤੇ ਫਿਰ ਜਾਂਦੀ ਹੈ। ਰਾਮ ਚੰਦਰ ਕੀ ਲਸ਼ਕਾ, ਇਹ ਰਾਮ ਚੰਦਰ ਕੀ ਲਸ਼ਕਾ ਹੈ, ਰਾਮ ਨਾਮ ਦੀ ਲਾਠੀ ਹੈ, ਇਹ ਰਾਮ ਨਾਮ ਦੀ ਗਿਆਨ ਖੜ ਇੱਕ ਵੀ ਨਹੀਂ ਪੈਦਾ ਹੋਣ ਦਿੰਦੀ ਸੰਤ, ਇਹ ਸੰਤ ਕਿਵੇਂ ਪੈਦਾ ਹੋ ਜਾਣਗੇ, ਸੰਤ ਤਾਂ ਪੈਦਾ ਕਦੇ ਹੋਏ ਹੀ ਨਹੀਂ ਅੱਜ ਤੱਕ, ਗੁਰਬਾਣੀ ਜੋ ਸਾਬਤ ਕਰਨ ਵੀ ਸੰਤ ਪੈਦਾ ਹੁੰਦੇ ਨੇ, ਉਹ ਤਾਂ ਜਨਮ ਮਰਨ ਦੇ ਵਿੱਚ ਹੁੰਦੇ ਹੀ ਨਹੀਂ, ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰਉਪਕਾਰੀ ਆਏ ਕੌਣ ਹੁੰਦੇ ਜਿਹੜੇ ਜਨਮ ਮਰਨ ਦੇ ਵਿੱਚ ਨਹੀਂ, ਜਿਹੜਾ ਜਨਮ ਮਰਨ 'ਚ ਉਹ ਸੰਤ ਨਹੀਂ ਹੁੰਦਾ, ਅੱਧਾ ਹੀ ਆ ਜਨਮ ਮਰਨ 'ਚ, ਅੱਧਾ ਹੈ ਨਹੀਂ ਗਾ, ਇਹ ਵੀ ਜੀਵ ਅੱਧਾ ਹੀ ਆ ਜਨਮ ਮਰਨ 'ਚ, ਅੱਧਾ ਨਹੀਂ ਹੈ ਜਨਮ ਮਰਨ 'ਚ ਹੈ, ਸਤਿਗੁਰ ਜਾਗਤਾ ਹੈ ਤੇ ਉਹ ਭੁੱਲੀ ਮਰ ਲਈ ਹੈ, ਉਹ ਇਹ ਅੱਧਾ ਹੀ ਜਨਮ ਮਰਨ 'ਚ ਹੈ, ਅੱਧਾ ਨਹੀਂ ਹੈਗਾ ਜਨਮ ਮਰਨ 'ਚ, ਅੱਧਾ ਬਾਹਰ ਹੈ ਜਨਮ ਮਰਨ 'ਚ, ਅੱਧਾ ਹੀ ਮਾਇਆ 'ਚ, ਜਿਹੜਾ ਜਨਮ ਮਰਨ ਤੇ ਬਾਹਰ ਹੈ ਉਹੀ ਸੰਤ ਹੈ। ਸੁਣੀਐ ਸਤ ਸੰਤੋਖ ਗਿਆਨ, ਸੁਣੀਐ ਸਤ ਸੰਤੋਖ ਗਿਆਨ, ਜਿਹਨੇ ਗੁਰਬਾਣੀ ਸੁਣੀ ਹੈ ਉਹਨੂੰ ਸੱਤ, ਅਸੀਂ ਹੁਣ ਇਹ ਬਾਣੀ ਨੂੰ ਗੁਰਬਾਣੀ ਓ ਲੈ ਆਉਂਦੇ ਹਾਂ, ਗੁਰਬਾਣੀ ਵੀ ਬਾਣੀ ਓ ਹੈ, ਸਾਨੂੰ ਤਾਂ ਇਹੀ ਸੁਣੂ, ਗੁਰਬਾਣੀ ਦੇ ਸੁਣਨਾ ਸੱਤ ਸੰਤੋਖ ਗਿਆਨ, ਸੱਤ ਸੰਤੋਖ ਹੁੰਦਾ ਐਸਾ ਸੰਤੋਖ ਜਿਹਨੂੰ ਦੁਨੀਆਂ ਦੀ ਕੋਈ ਲਾਲਚ, ਕੋਈ ਪਾਵਰ, ਕੋਈ ਭੈ ਤੋੜ ਨਹੀਂ ਸਕਦਾ, ਸੰਤੋਖ ਥੜਕਾ ਨਹੀਂ ਸਕਦਾ, ਉਹ ਸੱਤ ਸੰਤੋਖ ਹੁੰਦਾ, ਸੱਚਾ ਸੰਤੋਖ ਇੱਕੋ ਹੀ ਚੀਜ਼ ਹੈ, ਸੱਤ ਔਰ ਸੰਤੋਖ ਦੋ ਨਹੀਂ ਹਨ, ਸੱਤ ਸੰਤੋਖ ਨਾਲ ਅਡਜੈਕਟਿਵ ਲੱਗਿਆ ਹੋਇਆ, ਇਕੱਲਾ ਸੰਤੋਖ ਟੁੱਟ ਜਾਂਦਾ, ਇਕੱਲਾ ਸੰਤੋਖ ਖਤਰੇ 'ਚ ਹੈ, ਇੱਕ ਤਾਂ ਹੁੰਦੀ ਹੈ ਮਿੱਟੀ, ਉਸੇ ਮਿੱਟੀ ਦਾ ਪੱਥਰ ਬਣਦਾ, ਪੱਥਰ ਕਿਤੇ ਸਿੱਧਾ ਹੀ ਨਹੀਂ ਆਇਆ ਕਿਤੋਂ, ਸੜ ਕੇ ਮਿੱਟੀ ਪੱਥਰ ਬਣ ਜਾਂਦਾ, ਮਿੱਟੀ ਦੀਆਂ ਭੇਟਾਂ ਨਹੀਂ ਬਣਾਉਂਦੇ, ਖੰਗਰ ਨਹੀਂ ਬਣ ਜਾਂਦੇ, ਪੱਥਰ ਨਹੀਂ ਬਣ ਜਾਂਦੇ। ਹੁਣ ਪੱਥਰ ਔਰ ਮਿੱਟੀ 'ਚ ਫਰਕ, ਮਿੱਟੀ ਤਾਂ ਉਵੇਂ ਬਹਿ ਜਾਂਦੀ ਹੈ ਥੋੜ੍ਹੇ ਜਿਹੇ ਪਾਣੀ ਨਾਲ, ਪੱਥਰ ਨੂੰ ਪਾਣੀ ਨਹੀਂ ਬਹਾ ਸਕਦਾ, ਪਾਣੀ ਨਾ ਬਹਾ ਸਕਦਾ, ਪਰ ਜਿਹੜਾ ਤਿੰਨ ਭਵਨ ਨੇ ਪਾਣੀ ਦਾ ਇਹ ਜਲ ਤੇ ਹੀ ਤਿੰਨ ਭਵਨ ਸਾਜੇ ਹੋਏ, ਪੱਥਰ ਵਰਗਾ ਪੱਕਾ ਹੋ ਜਾਂਦਾ ਸੰਤੋਖ ਉਹਦਾ, ਜਿਹਦੇ 'ਤੇ ਮਾਇਆ ਦਾ ਕੋਈ ਅਸਰ ਨਹੀਂ ਹੈ, ਸੱਚ ਨੂੰ ਕੋਈ ਚੀਜ਼ ਕੱਟ ਨਹੀਂ ਸਕਦੀ, ਭੰਨ ਨਹੀਂ ਸਕਦੀ, ਤੋੜ ਨਹੀਂ ਸਕਦੀ, ਸੱਤ ਸੰਤੋਖ ਉਹ ਸੰਤੋਖ ਜਿਹੜਾ ਕਿਸੇ ਚੀਜ਼ ਦਾ ਮਾਇਆ ਦਾ ਜਿਹਦੇ 'ਤੇ ਅਸਰ ਹੀ ਨਹੀਂ, ਉਹ ਸੰਤੋਖ ਨੂੰ ਸੱਤ ਸੰਤੋਖ ਕਹਿੰਦੇ ਨੇ।
ਕੱਲਾ ਸੰਤੋਖ ਹਿੱਲ ਜਾਂਦਾ ਜੇ ਸੱਚ ਨਾਲ ਨਾ ਖੜਾ ਹੋਵੇ ਉਹਦੇ। ਉਹ ਸੰਤੋਖ ਜਿਹੜਾ ਸੱਚ ਸੁਣ ਕੇ ਸੰਤੋਖ ਹੋਇਆ, ਸਤ ਸੰਤੋਖ ਹੈ। ਸੱਚ ਨੂੰ ਸੁਣ ਕੇ ਸੰਤੋਖ ਹੋਇਆ, ਸੱਚ ਦੀ ਪ੍ਰਾਪਤੀ ਵਾਸਤੇ ਜਿਹੜਾ ਸੰਤੋਖ ਹੈ ਉਹ ਸਤ ਸੰਤੋਖ ਹੈ। ਸੱਚ ਨਾਲ ਜੁੜ ਕੇ ਸੰਤੋਖ ਹੋਇਆ। ਜਿਹੜਾ ਸੱਚ ਦੀ ਜਾਣਕਾਰੀ ਦੇ ਬਿਨਾਂ ਸੰਤੋਖ ਹੋਇਆ ਉਹਦਾ ਖਤਰਾ ਟੁੱਟ ਜਾਂਦਾ। ਸਿੱਖਦਾ ਜੇ ਸੰਤੋਖ ਉਹ ਸੱਚ ਸੁਣ ਕੇ ਹੋਊ, ਵਰਨਾ ਸੰਤੋਖ ਨਹੀਂ ਹੁੰਦਾ। ਅਗਿਆਨਤਾ ਵਾਲਾ ਸੰਤੋਖ ਟੁੱਟ ਜਾਂਦਾ, ਖਤਰੇ ਚ ਰਹਿੰਦਾ ਹਮੇਸ਼ਾ। ਸੁਣੀ ਐ ਸੱਚ ਸੰਤੋਖ ਗਿਆ। ਜੇ ਸਿੱਖ ਸੰਤੋਖੀ ਨਹੀਂ ਹੋਏ ਤਾਂ ਉਹ ਗੁਰਬਾਣੀ ਨਹੀਂ ਸੁਣੀ ਕਿਸੇ ਨੇ। ਜਿੱਦਣ ਸੁਣ ਲੈਣਗੇ ਸੰਤੋਖ ਹੋ ਜਾਊਗਾ। ਸੰਤੋਖ ਉਹਨਾਂ ਨੂੰ ਹੈ ਥੋੜ੍ਹਾ ਬਹੁਤ, ਜਿੰਨੀ ਕਿਸੇ ਨੇ ਸੁਣੀ ਉਹਨਾਂ ਕੋ ਸੰਤੋਖ ਹੈ। ਅਕਾਲੀ ਫੂਲਾ ਸਿੰਘ ਕੋਲ ਸੰਤੋਖ ਥਾ, ਖਾਲਸਾ ਜਿਹੜਾ ਉਹਦੇ ਨਾਲ ਸੀ ਉਹਨਾਂ ਕੋਲ ਸੰਤੋਖ ਥਾ, ਉਹਨਾਂ ਨੇ ਬਾਣੀ ਸੁਣੀ ਸੀ। ਅਣਜੀਤ ਸਿੰਘ ਨੇ ਸੁਣੀ ਨਹੀਂ, ਪੜ੍ਹਦਾ ਹੋਊਗਾ, ਪੜ੍ਹਾਉਂਦਾ ਹੋਊਗਾ, ਜਿਨ੍ਹਾਂ ਨੇ ਸੁਣੀ ਨਹੀਂ ਉਹ ਰਣਜੀਤ ਸਿੰਘ ਨਾਲ ਜੁੜ ਗਏ। ਜਿਨ੍ਹਾਂ ਨੇ ਸੁਣੀ ਸੀ ਉਹ ਅਕਾਲੀ ਫੂਲਾ ਸਿੰਘ ਨਾਲ ਜੁੜ ਗਏ। ਉਹ ਤਨਖਾਹ ਵੀ ਨਹੀਂ ਸੀ ਲੈਂਦਾ, ਉਹ ਰਾਜ ਨਾਲ ਜੁੜ ਗਏ, ਉਹ ਸੱਚ ਨਾਲ ਜੁੜ ਗਏ। ਜਿੱਥੇ ਕਿਸੇ ਦੀ ਤਾਕਤ ਨਹੀਂ ਸੀ ਪੈਂਦੀ, ਇਹਨਾਂ ਦੀ ਬਸ ਹੋ ਜਾਂਦੀ ਸੀ, ਉੱਥੇ ਉਹਨਾਂ ਨੂੰ ਸੱਦ ਦਿੱਤੇ। ਸੱਤ ਸੰਤੋਖ ਵਾਲਿਆਂ ਨੂੰ ਕਹਿੰਦੇ ਜੀ ਇਹ ਮੋਰਚੇ 'ਤੇ ਹੁਣ ਤੁਸੀਂ ਜਾਓ, ਕਿ ਤਨਖਾਹਦਾਰ ਫੌਜਾਂ ਜਦੋਂ ਫੇਲ ਹੋ ਜਾਂਦੇ ਨੇ ਉੱਥੇ ਨੂੰ ਜਾਂਦੇ ਤੇ ਹੋ। ਸੰਤੋਖ ਸੱਤ ਸੰਤੋਖ ਸੀ ਨਾ ਉਹਨਾਂ ਦਾ, ਕਾਲ ਜਿੱਤਿਆ ਹੋਇਆ ਸੀਗਾ, ਉਹ ਕਾਲ ਦੇ ਅਧੀਨ ਤੇ। ਜਿਹਦਾ ਕਾਲ ਜਿੱਤਿਆ ਉਹਨੂੰ ਕਾਲ ਦੀ ਕੀ ਪੈ, ਉਹ ਕਾਲ ਦੇ ਅਧੀਨ ਤੇ। ਸੁਣੀਏ ਸੱਤ ਸੰਤੋਖ ਗਿਆਨ, ਤਿੰਨ ਚੀਜ਼ਾਂ ਉਸ ਆਦਮੀ ਕੋਲ ਹੁੰਦੀਆਂ ਨੇ, ਸੱਤ ਸੰਤੋਖ ਔਰ ਗਿਆਨ, ਜਿਹਨੇ ਗੁਰਬਾਣੀ ਸੁਣੀ ਹੈ। ਇਹ ਗੁਰਬਾਣੀ ਸੁਣਨ ਨਾਲ ਤਿੰਨੇ ਮਿਲ ਜਾਣਗੇ, ਸ਼ੁਰੂ 'ਚ ਇਹੀ ਮਿਲਣੀ ਹੈ ਸੁਣਨ ਨੂੰ। ਜਿਹਨਾਂ ਨੇ ਸੁਣੀ ਹੈ ਉਹਦੇ ਕੋਲ ਹੈ, ਜਿਹਨਾਂ ਨੇ ਬਾਕੀ ਜਿਹਨਾਂ ਕੋਲ ਨਹੀਂ ਹੈ ਨਾ, ਰੋਜ਼ ਗੁਰਦੁਆਰੇ ਜਾਣ, ਉਹਨਾਂ ਨੇ ਸੁਣੀ ਹੋਈ ਨਹੀਂ ਹੈ, ਬਸ ਇਹ ਮੋਟਾ ਅੰਦਾਜ਼ਾ। ਸੁਣੀ ਹੈ ਅੱਠ ਸੱਚੀ ਕਾ ਇਸ਼ਨਾਨ, ਅੱਠ ਤੀਰਥਾਂ ਦਾ ਇਸ਼ਨਾਨ ਸੁਣਨ ਚਾਹੀਦਾ। ਕਿਤੇ ਜਾਣ ਦੀ ਲੋੜ ਨਹੀਂ, ਕਿਸੇ ਤੀਰਥ ਦੀ ਲੋੜ ਨਹੀਂ, ਸਾਰੇ ਤੀਰਥ ਇਕੱਠੇ ਗਏ। ਤੁਸੀਂ ਗੁਰਬਾਣੀ ਸੁਣ ਲਓ, ਚਾਹੇ ਘਰ ਆਪ ਸੁਣ ਲਓ, ਚਾਹੇ ਗੁਰਦੁਆਰੇ ਜਾ ਕੇ ਸੁਣ ਲਓ, ਕਿਤੇ ਹੋਰ ਜਾਣ ਦੀ ਲੋੜ ਨਹੀਂ। ਜਿੱਥੇ ਜਾਓਗੇ ਇਹੀ ਗੁਰਬਾਣੀ ਹੈ, ਜੇ ਸੁਣਨੀ ਹੋ ਨਹੀਂ ਫਿਰ ਕਰਨ ਕੀ ਜਾਣਾ, ਉੱਥੇ ਧੂੜ ਫੱਕਣ ਜਾਣਾ ਕੀ। ਤਾਂ ਤੁਸੀਂ ਹਜ਼ੂਰ ਸਾਹਿਬ ਕਰੋਗੇ, ਜੇ ਬਾਣੀ ਇੱਥੇ ਨਹੀਂ ਸੁਣੀ ਉੱਥੇ ਕੀ ਕਰੋਗੇ ਜਾ ਕੇ, ਉੱਥੇ ਤਾਂ ਸੁਣਨ ਦਾ ਟਾਈਮ ਹੀ ਨਹੀਂ ਮਿਲਣਾ। ਟਾਈਮ ਤਾਂ ਤੁਹਾਨੂੰ ਆਪਣੇ ਘਰ ਮਿਲੂਗਾ ਸੁਣਨ ਦਾ, ਜੇ ਸੁਣਨ ਦਾ ਟਾਈਮ ਜ਼ਿਆਦਾ ਮਿਲੂਗਾ ਨੇੜੇ ਦੇ ਗੁਰਦੁਆਰੇ ਜ਼ਿਆਦਾ ਮਿਲੂਗਾ ਟਾਈਮ, ਦੂਰ ਜਾ ਕੇ ਤਾਂ ਊਂ ਸਫ਼ਰ ਜਾਂਦੇ ਹਾਂ ਆਪਾਂ, ਸਫ਼ਰ ਵਾਲਾ ਕਿਵੇਂ ਸੁਣ ਲੂਗਾ, ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ। ਫਿਰ ਉੱਥੇ ਕੁਛ ਹੋਰ ਹੈ, ਇੱਥੇ ਕੁਛ ਹੋਰ ਹੈ, ਘਰੇ ਪੜ੍ਹ ਲਓ, ਘਰੇ ਬਹਿ ਕੇ ਕਿਸੇ 'ਤੇ ਸੁਣ ਲਓ ਜੇ ਪੜ੍ਹਨਾ ਨਹੀਂ ਆਉਂਦਾ। ਜੇ ਭਲਾ ਗੁਰਦੁਆਰੇ ਵਾਲੇ ਨਹੀਂ ਸਾਰੀ ਬਾਣੀ ਪੜ੍ਹਦੇ, ਨਿਤਨੇਮੇ ਕਰਦੇ ਨੇ, ਘਰ ਸੁਣ ਲਓ, ਪੜ੍ਹ ਲਓ।